ਫੋਟੋ ਖਿੱਚ ਲਿਓ ਹਫਤੇ ਤੋਂ ਪਹਿਲਾਂ ਤੇ ਬਾਅਦ 'ਚ ਫੋਟੋ ਖਿੱਚ ਲਓ ਤੁਹਾਡਾ ਝੋਨਾ ਰੰਗ ਬਦਲ ਜਾਊਗਾ। ਆ ਵੀ 1847 ਐ, ਆ ਵੀ 1847 ਐ। ਬੀਜਾਂ ਦੇਖ ਲਓ ਵੀ ਕਿੰਨਾ ਫਰਕ ਐ ਜਿਹੜੇ 'ਚ ਕਿੰਨਾ ਝੰਡਾ ਰੋ ਹੋਇਆ। ਹਾਂਜੀ ਭਾਈ ਇਹ ਵੀਡੀਓ ਕਿਸਾਨ ਵੀਰਾਂ ਲਈ ਐ, ਵੀਡੀਓ ਨੂੰ ਧਿਆਨ ਨਾਲ ਦੇਖਿਓ, ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਵੀਡੀਓ ਨੂੰ। ਜੇਕਰ ਤੁਹਾਡੇ ਝੋਨੇ 'ਆ ਤੁਸੀਂ ਝਾੜ ਵਧਾਉਣਾ ਐ, ਜਾਂ ਤੁਹਾਡੇ ਝੋਨੇ ਦੇ ਪੱਤੇ ਉੱਤੋਂ ਬਾਈ ਲਾਲ ਹੋ ਰਿਹਾ ਤੇ ਜਾਂ ਤੁਹਾਡੇ ਮਤਲਬ ਝੋਨੇ 'ਚ ਫੋਕ ਜ਼ਿਆਦਾ ਐ, ਕਿਉਂਕਿ ਜੇ ਫੋਕ ਜ਼ਿਆਦਾ ਹੋਊਗੀ ਝਾੜ ਆਪੇ ਘਟੂਗਾ। ਉਹ ਵੀ ਤਰੀਕਾ ਸਾਂਗੇ ਤੁਹਾਡੇ ਝੋਨੇ 'ਚ ਫੋਕ ਨਾ ਬਣੇ ਤੇ ਕਈ ਵੀਰਾਂ ਦੇ ਝੋਨੇ ਰੁਕ ਰਹੇ ਨੇ ਬਾਈ ਝੋਨੇ ਰੁਕੇ ਜੇ ਹੋਏ ਨੇ ਚਲਦੇ ਨਹੀਂ ਉਹਨਾਂ ਵਾਸਤੇ ਵੀ ਆਪਾਂ ਅੱਜ ਇੱਕੋ ਚੀਜ਼ ਦੱਸਾਂਗੇ ਜਿਹਦੇ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ ਕਈ ਵੀਰਾਂ ਦੇ ਖਰਚੇ ਬਹੁਤ ਜ਼ਿਆਦੇ ਹੋਣ ਲੱਗ ਰਹੇ ਨੇ ਸਪਰੇਹਾਂ ਦੇ ਹਜ਼ਾਰਾਂ 'ਚ ਖਰਚੇ ਇਹ ਤੋਂ ਪਹਿਲਾਂ ਕਰੀ ਬੈਠੇ ਨੇ ਹਜੇ ਸੁੰਡੀ ਥੋੜੀ ਮੋਟੀ ਆਈ ਹੈ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਖਰਚੇ ਬਹੁਤ ਜ਼ਿਆਦੇ ਹੋ ਰਹੇ ਨੇ ਬਾਈ ਉਹਨਾਂ ਦਾ ਵੀ ਅੱਜ ਆਪਾਂ ਹੱਲ ਦੱਸਾਂਗੇ ਆਹ ਦੇਖ ਲਓ ਬਈ ਮੁੱਛਲ ਝੋਨਾ ਝੰਡਾ ਰੋਗ ਦੇਖ ਲਓ ਵਿੱਚ ਕਿੰਨਾ ਕ ਹੈ ਇੱਧਰ 1847 A ਚ ਵੀ ਦੇਖ ਲਓ ਝੰਡਾ ਕਿੰਨਾ ਗਏ ਤੇ ਅੱਜ ਆਪਾਂ ਦੱਸਾਂਗੇ ਜਿਨ੍ਹਾਂ ਦੇ ਝੋਨਾ ਰੋਕਿਆ ਹੋਇਆ ਜਾਂ ਜਿਨ੍ਹਾਂ ਦੇ ਉੱਤੋਂ ਪੱਤੇ ਲਾਲ ਹੋ ਗਏ ਤੇ ਮੇਨ ਗੱਲ ਕੀ ਹੈ ਬਾਈ ਝੋਨੇ ਦਾ ਝਾੜ ਵਧਾਉਣਾ ਜੀ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖਿਓ ਪਹਿਲਾਂ ਦੱਸ ਦਿਆਂ ਕਿਸਾਨ ਵੀਰੋ ਜਿਨ੍ਹਾਂ ਦੇ ਪੱਤੇ ਝੋਨੇ ਦੇ ਉੱਪਰੋਂ ਲਾਲ ਹੋਈ ਜਾਂਦੇ ਆ ਬਾਈ ਲਾਲ ਕਿਉਂ ਹੁੰਦੇ ਨੇ ਬਾਈ ਤੇ ਕਈ ਵੀਰਾਂ ਨੇ ਖਰਚਾ ਬਹੁਤ ਜ਼ਿਆਦਾ ਕਰਤਾ ਉੱਤੋਂ ਪੱਤੇ ਲਾਲ ਜ਼ਿਆਦਾ ਹੋ ਰਹੇ ਨੇ ਜਿਹਦੀ ਉੱਪਰੋਂ ਜਮ੍ਹਾਂ ਖਰਾਬ ਹੋ ਰਹੀ ਆ ਉਹਦੇ ਵਾਸਤੇ ਲੋਕਾਂ ਨੇ ਮਹਿੰਗੇ ਮਹਿੰਗੇ ਸਪਰੇਹਾਂ ਕਰਤੀਆਂ ਜੇ ਤੁਹਾਡਾ ਇੱਕ ਸਪਰੇਅ ਕਰਨ ਨਾਲ ਉਹ ਚੀਜ਼ ਠੀਕ ਨਹੀਂ ਹੋਈ ਤਾਂ ਹੋਰ ਸਪਰੇਅ ਨਾ ਕਰੋ ਹੋਰ ਖਰਚਾ ਨਾ ਵਧਾਓ ਬਾਈ ਇਹ ਹੈਗਾ ਸਿਰਫ ਮੌਸਮ ਕਰਕੇ ਕਿਉਂਕਿ ਬਾਰਸ਼ਾਂ ਇਸ ਟਾਈਮ ਹੋਈਆਂ ਨਹੀਂ ਬਾਈ ਤਾਂ ਨਹੀਂ ਕਰਕੇ ਕਿਸੇ ਨਾ ਕਿਸੇ ਕਾਰਨ ਕਰਕੇ ਜਦੋਂ ਆਪਾਂ ਪਾਣੀ ਲਾਉਂਦੇ ਆ ਐਂਡ ਤੇ ਜਿੱਥੇ ਆਪਣੇ ਜ਼ਮੀਨ ਬਾਹਣ ਐਂਡ ਤੇ ਜਾਂਦਾ ਪਾਣੀ ਉੱਥੇ ਲਾਲ ਥੋੜੀ-ਮੋਟੀ ਹੋ ਰਹੀ ਹੈ ਕਿਉਂਕਿ ਉਹਦੀ ਕੋਈ ਨਾ ਤਾਂ ਬਾਈ ਐਨੀ ਸਪਰੇਅ ਹੈ ਤੁਸੀਂ ਉਹ ਉਹਦੇ ਲਈ ਤਾਂ ਤੁਸੀਂ ਬਾਰਸ਼ ਦੀ ਜੜੀ ਕਰੋ ਮੈਂ ਇਹ ਸਪਰੇਹਾਂ ਤੇ ਬਾਈ ਨਾ ਖਰਚਾ ਕਰੋ ਜੇ ਤੁਸੀਂ ਹੋਰ ਸਪਰੇਹਾਂ ਕਰੋਗੇ ਉਹਦੇ ਨਾਲ ਵੀ ਹੱਲ ਹੋਣਾ ਨਹੀਂ ਕਿਉਂਕਿ ਜਿੰਨਾ ਟਾਈਮ ਬਾਰਿਸ਼ ਨਹੀਂ ਹੁੰਦੀ ਬਾਈ ਸਪਰੇਹਾਂ ਨੇ ਵੀ ਕੰਮ ਨਹੀਂ ਕਰਨਾ ਉਹਦੇ ਲਈ ਤੁਸੀਂ ਕਰੋ ਬਾਰਿਸ਼ ਦੀ ਅਡੀਕ ਬਾਈ ਹੁਣ ਆਪਾਂ ਦੱਸਦੇ ਆਂ ਬਾਈ ਦੂਜਾ ਜਿਹੜਾ ਆਪਾਂ ਕਿਹਾ ਸੀਗਾ ਵੀ ਝੋਨੇ ਦਾ ਝਾੜ ਵਧਾਉਣਾ ਜੇ ਤੁਸੀਂ ਨਲੇ ਝੋਨੇ ਦੀ ਜਿਹੜੀ ਫੋਕ ਹੈ ਫੋਕ ਘਟ ਬਣੇ ਉਹਦੇ ਵਾਸਤੇ ਅਜੇ ਆਪਾਂ ਪਰ ਸਪਰੇਅ ਕਰੀ ਨਹੀਂ ਉਹਦਾ ਸਪਰੇਅ ਦਾ ਟਾਈਮ ਉਦੋਂ ਹੋਊਗਾ ਬਾਈ ਜਦੋਂ ਇਹ ਜੀਰੀ ਭੂਪਨੇ ਤੇ ਆ ਗਈ ਅਜੇ ਘਟੋ ਘਟ 7-8 ਦਿਨਾਂ ਦੇ ਮਤਲਬ 10 ਦਿਨ ਤਾਂ ਜਾ ਕੇ ਆਊਗੀ ਉਦੋਂ ਸਪਰੇਅ ਕਰਨੇ ਤੁਸੀਂ ਸਪਰੇਅ ਤੁਸੀਂ ਬਾਈ ਕਿਹੜੀ ਕਰਨੀ ਆ ਤੁਸੀਂ ਪੋਟਾਸ਼ੀਅਮ ਕਰਨਾ ਹੈ ਪੋਟਾਸ਼ੀਅਮ ਸਲਫੇਟ 0050 ਦੀ ਤੁਸੀਂ ਸਪਰੇਅ ਕਰਨੀ ਹੈ ਬਾਈ ਉਹਦੀ ਸਪਰੇਅ ਦਾ ਫਾਇਦਾ ਕੀ ਹੈ ਬਾਈ ਤੁਹਾਡੇ ਝੋਨੇ ਦਾ ਝਾੜ ਵਧੂਗਾ ਸਿੱਧੇ ਮੱਥੇ 5 ਤੋਂ ਲੈ ਕੇ 7 ਮਾਨ ਤੱਕ ਤੁਹਾਡੇ ਝੋਨੇ ਦਾ ਝਾੜ ਵਧੂਗਾ ਹੀ ਵਧੂਗਾ ਇਹ ਚੀਜ਼ ਦੀ ਗਾਰੰਟੀ ਹੈ ਪਹਿਲੀ ਗੱਲ ਤਾਂ ਫੋਗ ਨਹੀਂ ਬਾਈ ਬੰਦ ਦਿਓ ਉਹਦੇ ਨਾਲ ਜਦੋਂ ਤੁਸੀਂ ਉਹਦੀ ਸਪਰੇਅ ਕਰਤੀ ਸਪਰੇਅ ਨਾਲੋਂ ਜ਼ਿਆਦਾ ਕੰਮ ਕਰੋਗੇ ਜੇ ਤੁਸੀਂ ਉਹਦੀ ਸਪਰੇਅ ਕਰੋਗੇ ਜ਼ਿੰਕ ਦੀ ਇਹਦੀ ਪੋਟਾਸ਼ ਦੀ ਨਾਲੋਂ ਕੰਮ ਜ਼ਿਆਦਾ ਸਪਰੇਅ ਕਰੋਗੇ ਜੇ ਤੁਸੀਂ ਪੋਟਾਸ਼ ਦੀ ਸਪਰੇਅ ਕਰੋਗੇ ਤੇ ਜਦੋਂ ਭੂਪਣੇ ਤੇ ਆ ਗਈ ਤੁਸੀਂ ਉਦੋਂ ਉਹਦੀ ਸਪਰੇਅ ਕਰਨੀ ਹੈ ਜਿਹੜਾ ਤੁਹਾਡਾ ਦਾਣ ਹੈ ਬਾਈ ਦਾਣਾ ਤੁਹਾਡਾ ਚਮਕਦਾਰ ਹੋਊਗਾ ਤੇ ਭਾਰੀ ਹੋਊਗਾ ਜਿੰਨੀ ਖਰਾਕ ਤੁਹਾਡੇ ਬੂਟੇ ਚ ਹੈ ਜਿੰਨੀ ਖਰਾਕ ਤੁਹਾਡੀ ਧਰਤੀ ਚ ਹੈ ਉਹਨੇ ਚੱਕ ਕੇ ਤੁਹਾਡੇ ਦਾਣੇ ਚ ਲਿਆ ਦੇਣੀ ਹੈ ਤਾਂ ਕਰਕੇ ਦਾਣਾ ਭਾਰਾ ਵੀ ਹੋਊਗਾ ਝਾੜ ਆਟੋਮੈਟਿਕ ਵਧੂਗਾ ਬਾਈ ਫੋਕ ਘਟੂਗੀ ਫੋਕ ਉਹਦੇ ਨਾਲ ਬਹੁਤ ਜ਼ਿਆਦਾ ਫੋਕ ਮਤਲਬ ਕਿ ਖਤਮ ਹੁੰਦੀ ਹੈ ਜਦੋਂ ਫੋਕ ਨਾ ਬਣੀ ਤੁਹਾਡਾ ਝਾੜ ਆਟੋਮੈਟਿਕ ਬਾਈ ਅੱਪ ਹੋਊਗਾ ਇਹ ਜਰੂਰ ਕਰੋ ਬਾਈ ਬਾਸਮਤੀਆਂ ਤੇ ਖਾਸ ਕਰਕੇ ਸਪਰੇਅ ਜ਼ਰੂਰ ਕਰੋ ਦੱਸਦਾ ਜਿਹੜੇ ਵੀਰਾਂ ਦੇ ਝੋਨੇ ਰੋਕੇ ਹੋਇਆ ਚਲਦੇ ਨਹੀਂ ਪਹਿਲਾਂ ਆ ਦੇਖੋ ਭਈ ਆ ਵੀ 1847 ਐ ਆ ਵੀ 1847 ਐ ਬੀਜਾਂ ਦੇਖ ਲਓ ਵੀ ਕਿੰਨਾ ਫਰਕ ਐ ਜਿਹੜੇ ਚ ਕਿੰਨਾ ਝੰਡਾ ਰੋ ਹੋਇਆ ਇੰਨਾ ਮੁਸ਼ਲ ਚ ਵੀ ਨਹੀਂ ਹੁੰਦਾ 401 ਚ ਜਿੰਨਾ ਇਹਦੇ ਵਿੱਚ ਹੋਇਆ ਇਹ ਵੀ ਦੇਖ ਲਓ ਇਹ ਦੱਸਦ ਨੇ ਚ ਬਾਅਦ ਚ ਲੱਗੀ ਐ ਇਹ ਤੋਂ 10 ਦਿਨ ਬਾਅਦ ਚ ਲੱਗਿਆ ਬਾਈ ਦੀ ਆਪਣੇ ਗਵਾਂਢੀ ਦੀ ਐ ਇਹ ਚ ਲਾ ਲਓ ਵੀ ਬੀਜ ਚ ਕੋਈ ਫਾਲਟ ਲਾ ਲਓ ਵੀ ਯਾਰ ਕੋਈ ਇਹਨੇ ਕੋਈ ਅੱਡ ਤੱਤ ਨਹੀਂ ਕੋਈ ਪਾਇ ਰੇ ਨਹੀਂ ਵੱਧ ਪਾਈ ਇਹ ਜੰਡਾ ਰੋਗ ਦੇਖ ਲਓ ਕਿੰਨਾ ਆਪਣੇ ਬਾਈ ਦੇਖ ਲਓ ਵੀ ਕਿੰਨਾ ਘਟਾ ਹੈ ਬਾਈ ਜਿਹੜੇ ਵੀਰਾਂ ਦੇ ਝੋਨੇ ਰੋਕੇ ਹੋਏ ਆ ਤੁਸੀਂ ਹਿਊਮਿਕ ਐਸਿਡ ਦੀ ਸਪਰੇਅ ਕਰਨੀ ਆ ਪਾਉਤੇ ਫੋਟੋ ਲਾ ਦਾਂਗੇ ਤੁਸੀਂ ਉਹਦੀ ਸਪਰੇਅ ਕਰਨੀ ਆ ਬਾਈ ਤੁਹਾਡਾ ਝੋਨਾ ਜੇ ਰੋਕਿਆ ਹੋਇਆ ਹੈ ਹਫਤੇ ਦੇ ਵਿੱਚ ਤੁਹਾਡਾ ਝੋਨਾ ਰੰਗ ਬਦਲ ਜੂਗਾ ਫੋਟੋ ਖਿੱਚ ਲਿਓ ਹਫਤੇ ਤੋਂ ਪਹਿਲਾਂ ਤੇ ਬਾਅਦ ਵਿੱਚ ਫੋਟੋ ਖਿੱਚ ਲਿਓ ਤੁਹਾਡਾ ਝੋਨਾ ਰੰਗ ਬਦਲ ਜੂਗਾ ਠੀਕ ਆ ਦੋਸਤੋ ਬਾਈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਬਾਈ